ਜੀ ਏ ਤੀਮਾਨ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਆਰ ਕੇ ਕਾਂਗੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਕਰਦੇ ਹਾਂ ਤੁਹਾਡਾ ਠੰਡਾ ਠੰਡਾ ਸਵਾਗਤ, ਠੰਡਾ ਠੰਡਾ ਸਵਾਗਤ ਇਸ ਕਰਕੇ ਕਿਉਂਕਿ ਗਰਮੀ ਆਪਣੇ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੈ। ਸੋ ਇਸ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸੋ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਨੇ। ਸੋ ਕੁਰਾਲੀ ਸ਼ਹਿਰ ਦੇ ਵਿੱਚ ਵੀ ਠੰਡੇ ਮਿੱਠੇ ਪਾਣੀ ਦੀ ਛਬੀਲਾਂ ਲਗਾਈਆਂ ਗਈਆਂ ਨੇ। ਸੋ ਆਓ ਦਿਖਾਉਂਦੇ ਹਾਂ ਤੁਹਾਨੂੰ ਕੁਰਾਲੀ ਸ਼ਹਿਰ ਦੇ ਵਿੱਚ ਕਿਸ ਕਿਸ ਥਾਂ ਦੇ ਉੱਤੇ ਠੰਡੇ ਮਿੱਠੇ ਪਾਣੀ ਜਲਦੀਆਂ ਛਬੀਲਾਂ ਚੱਲ ਰਹੀਆਂ ਨੇ। ਸੋ ਕੌਣ ਕੌਣ ਇਹ ਛਬੀਲਾਂ ਨੂੰ ਚਲਾ ਰਹੇ ਨੇ, ਕੌਣ ਕੌਣ ਲਗਾ ਰਹੇ ਨੇ, ਕਿਹਦਾ ਕਿਹਦਾ ਇਸ ਛਬੀਲਾਂ ਦੇ ਵਿੱਚ ਸਹਿਯੋਗ ਹੈ। ਸੋ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਦੀ ਅਪਡੇਟ, ਬਣੇ ਰਹੋ ਸਾਡੇ ਏ ਤੀਮਾਨ ਚੈਨਲ ਦੇ। ਮੈਂ ਗੁਰਨਾਮ ਸਿੰਘ, ਲੇਬਰ ਚੌਂਕ ਕੁਰਾਲੀ, ਪ੍ਰਧਾਨ। ਇਹ ਛਬੀਲ ਅਸੀਂ ਗੁਰੂ ਅਰਜਨ ਪਾਤਸ਼ਾਹ ਸਾਹਿਬ ਜੀ ਦੇ ਸ਼ਹੀਦੀ ਪੁਰਬ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਈ ਹੈ ਜੀ, ਤਾਂ ਕਿ ਗਰਮੀ ਬਹੁਤ ਹੈਗੀ, ਲੇਬਰ ਵੱਲੋਂ ਦੇ ਸਹਿਯੋਗ ਨਾਲ ਲਾਉਂਦੇ ਜੀ ਹਰ ਸਾਲ, ਅਤੇ ਸੰਗਤਾਂ ਬਹੁਤ ਵੱਧ ਚੜ੍ਹ ਕੇ ਉਹ ਕਰਦੀਆਂ ਨੇ, ਸਾਡਾ ਸਹਿਯੋਗ ਦਿੰਦੀਆਂ। ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਹੜੀ ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜਿਹੜੀ ਇਹ ਛਬੀਲ ਲਗਾਈ ਗਈ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ, ਇਹ ਛਬੀਲ ਲਗਾਈ ਗਈ ਹੈ ਲੇਬਰ ਚੌਂਕ ਕੁਰਾਲੀ ਵੱਲੋਂ। ਇਹ ਛਬੀਲ ਜੀ ਪਹਿਲਾਂ ਤਾਂ ਬਗੜ ਵਾਲੇ ਪੀਰ ਚੌਹਾਨ ਸਾਹਿਬ ਦੀ ਕਿਰਪਾ ਨਾਲ ਲੱਗੀ ਹੈ ਜੀ। ਇਹ ਸਾਡੇ ਭਗਤ ਜੀ ਜੁਗਨੂ ਪੰਡਿਤ ਜੀ ਦੇ ਇਹਨਾਂ ਦੇ ਜਿਹੜੇ ਯਤਨਾ ਸਦਕਾ ਜਿਹੜੀ ਲੱਗੀ ਹੈਗੀ ਹੈ, ਅਤੇ ਹਰ ਜਿਹੜਾ ਜੇਠ ਦਾ ਮਹੀਨਾ ਚੱਲ ਰਿਹਾ ਹੈ, ਇਹਦੇ ਹਰ ਇੱਕ ਜੇਠੇ ਵੀਰਵਾਰ ਨੂੰ, ਚਾਰ ਜੇਠੇ ਵੀਰਵਾਰ ਹੁੰਦੇ ਇਸ ਮਹੀਨੇ ਦੇ ਵਿੱਚ ਜੀ, ਚਾਰੇ ਜੇਠੇ ਵਾਰਾਂ ਨੂੰ ਇਹਨਾਂ ਵੱਲੋਂ ਛਬੀਲ ਲਾਈ ਗਈ ਜੀ, ਸੰਗਤ ਦੇ ਯੋਗਦਾਨ ਨਾਲ ਅਤੇ ਇਹਨਾਂ ਦੇ ਯਤਨਾ ਸਦਕਾ ਲੱਗੀ ਹੈਗੀ ਜੀ। ਇਹ ਪਹਿਲਾਂ ਵੀ ਇਹ ਜਿਹੇ ਬਹੁਤ ਕਾਰ ਇੱਥੇ ਕਾਰੋਬਾਰ ਕਰਦੇ ਰਹਿੰਦੇ ਨੇ, ਕਾਰਜ ਇਹੋ ਜਿਹੇ ਜਿਹਨਾਂ ਨਾਲ ਲੋਕਾਂ ਨੂੰ ਕੁਝ ਨਾ ਕੁਝ ਰਾਹਤ ਮਿਲਦੀ ਹੈ। ਅੱਜ ਛਬੀਲ ਦੋ ਜਗ੍ਹਾ ਲਾਈ ਇਹਨਾਂ ਨੇ ਜੀ, ਰੋਪੜ ਰੋਡ 'ਤੇ, ਅਤੇ ਗਰਮੀ ਤੋਂ ਬਹੁਤ ਰਾਹਤ ਮਿਲੀ। ਅਸੀਂ ਯੂਥ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਜੀ, ਅੱਗੇ ਵੱਧ ਕੇ ਇਹੋ ਜਿਹੇ ਕੰਮਾਂ ਦੇ ਵਿੱਚ ਇਹਨਾਂ ਦੇ ਨਾਲ ਖੜੋ, ਅਤੇ ਅੱਗੇ ਨੂੰ ਹੋਰ ਕੰਮ ਵਧੀਆ ਹੋ ਸਕਣ। ਇਹਨਾਂ ਦੇ ਯਤਨਾਂ ਸਦਕਾ ਅੱਜ ਸ਼ਹਿਰ ਦੇ ਵਿੱਚ ਦਰਬਾਰ ਬਾਗੜ ਵਾਲੇ ਪੀਰ ਦਾ ਦੇਖ ਲਓ ਜੀ ਤੁਸੀਂ, ਕਿਆ ਸ਼ਾਨਦਾਰ ਬਣ ਗਿਆ ਹੈਗਾ ਜੀ। ਲੋਕ ਆਉਂਦੇ ਨੇ, ਆਪਣੀ ਮੰਨਤਾਂ ਮੰਗਦੇ ਨੇ ਜੀ, ਸੁੱਖਾਂ ਪੂਰੀਆਂ ਹੁੰਦੀਆਂ ਨੇ। ਜੋ ਅੱਜ ਇਹ ਛਬੀਲ ਲਗਾਈ ਗਈ ਹੈ, ਕਿੰਨਾ ਕਿਲੋ ਲਗਾਈ ਗਈ ਹੈ ਜੀ, ਦੋ ਦਰਸ਼ਕਾਂ ਥੋੜ੍ਹਾ ਦੱਸੋ ਜੀ ਮਾੜਾ ਜਿਹਾ। ਪਹਿਲਾਂ ਤਾਂ ਸਾਰਿਆਂ ਨੂੰ ਜੈ ਬਾਬੇ ਦੀ। ਇਹ ਜਿਹੜੀ ਛਬੀਲ ਹੈ ਜੀ,
ਇਹ ਸਾਡੀ ਕਮੇਟੀ ਗੁੱਗਾ ਮਾੜੀ ਕਮੇਟੀ ਵੱਲੋਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਈ ਗਈ ਹੈ ਤੇ ਸਾਨੂੰ 3 ਹਫ਼ਤੇ ਹੋ ਗਏ ਲਗਾਤਾਰ, ਅੱਜ ਇਹ 4th ਹਫ਼ਤਾ ਹੈ ਛਬੀਲ ਲਗਾਉਂਦੇ ਹਾਂ। ਇਹ ਸਾਡੇ ਜੇਠ ਦਾ ਮਹੀਨਾ ਚੱਲਦਾ ਲਾਲ ਵਾਲੇ ਪੀਰ ਦਾ, ਉਹਦੇ ਕਰਕੇ ਸਾਡੇ ਦਰਬਾਰ ਵਿੱਚ ਛਬੀਲ ਲਗਾਈ ਗਈ ਤੇ ਹਰ ਸਾਲ ਇੱਕਣਾ ਹੀ ਲੱਗਦੀ ਹੈ। ਹਰ ਇੱਕ ਕਮੇਟੀ ਨੂੰ ਤੇ ਅਸੀਂ ਬਹੁਤ ਹੀ ਇਹਨਾਂ ਦਾ ਬਹੁਤ ਮਾਣ ਕਰਦੇ ਹਾਂ ਵੀ ਹਾਂ 4 ਵੀਰਵਾਰ ਹੋ ਗਏ ਤੇ ਅਸੀਂ ਅਗਲੇ ਵੀਰਵਾਰ ਵੀ ਜ਼ਰੂਰ ਛਬੀਲ ਲਾਵਾਂਗੇ, ਅਗਲੇ ਨੂੰ ਵੀ ਲੱਗੂਗੀ ਜੀ। ਠੀਕ ਹੈ ਨਾ ਜੀ, ਬਹੁਤ ਹੀ ਵਧੀਆ ਕੰਮ ਹੋ ਰਿਹਾ ਜੀ। ਠੀਕ ਹੈ ਜੀ, ਅਸੀਂ ਇਹੀ ਕਹਿੰਦੇ ਹਾਂ ਵੀ ਇਹ ਕੰਮ ਮਾੜੀ 'ਤੇ ਹੁੰਦੇ ਰਹਿਣੇ ਚਾਹੀਦੇ ਆ, ਬਹੁਤ ਹੀ ਵਧੀਆ ਕੰਮ ਹੋ ਰਹੇ ਹੈ ਜੀ। ਜਗਰਾ ਵੀਰ ਬਾਦਸ਼ਾਹ, ਇਹ ਵੀਰ ਬਾਦਸ਼ਾਹ ਸਭ ਸੰਗਤ ਸਿਉਂ ਨਾਲ ਬਾਬੇ ਛਬੀਲ ਆ ਜਾਂਦੀ ਆ, ਛੋਲੇ ਨਾਲ ਪਾਣੀ, ਠੰਡਾ ਪਾਣੀ, ਇਹ ਸਾਰੀ ਸੰਗਤ ਬਾਬੇ ਜੋ ਸੰਗਤ ਦਰਬਾਰ ਮੰਨਦੀ ਆ, ਸਭ ਨੇ ਸੰਗਤ ਨੇ ਆਪਣੇ ਨਾਲ ਸੋਗ ਪਾਇਆ, ਉਹਦੇ ਨਾਲ ਪਾਣੀ ਛਬੀਲ ਲੱਗੀ ਆ। ਜੇਠ ਵੀਰਵਾਰ ਆ ਮਹਾਰਾਜ, ਜੇਠਾ 3 ਵੀਰਵਾਰ ਲੰਘ ਗਏ, ਚੌਥਾ ਜੇਠਾ 'ਚ ਵੀਰਵਾਰ ਫੇਰ ਆ, ਸਾਰੀ ਸੰਗਤ ਨੇ ਆਪਣੇ ਨਾਲ ਜਿੰਨਾ ਵੀ ਸੋਗ ਲੱਗਿਆ ਕਮੇਟੀ ਨੇ ਵੀ ਪਾਇਆ ਸੋਗ, ਸਾਰੇ ਸੋਗ ਨਾਲ ਬਾਬੇ ਦਰਬਾਰ ਮਾਂ ਅੱਜ ਬਾਬੇ ਨੇ ਮਿੱਠਾ ਪਾਣੀ ਜਾ ਚਲਾਏ ਆ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ।